ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਬੜਾ ਇੱਕ ਜ਼ਰੂਰੀ ਤੁਹਾਨੂੰ ਇਨਫੋਰਮੇਸ਼ਨ ਦੇਣ ਦੇ ਲਈ ਆਪਾਂ ਆਪਣੀ ਵੀਡੀਓ ਸ਼ੇਅਰ ਕਰ ਰਹੇ ਹਾਂ। ਰਿਲਾਇੰਸ ਦੀ ਜੋ ਜੀਓ ਦੀ ਆਫਰ ਸੀ ਪਹਿਲਾਂ ਦਸੰਬਰ ਤੱਕ ਦੀ, ਦਸੰਬਰ ਤੱਕ ਸੀ, ਉਸ ਤੋਂ ਬਾਅਦ ਜੀਓ ਨੇ ਐਕਸਟੈਂਡ ਕਰਕੇ ਉਸਨੂੰ ਮਾਰਚ ਤੱਕ ਕਰ ਦਿੱਤਾ। ਹੁਣ ਮਾਰਚ ਤੋਂ ਬਾਅਦ ਆਪਾਂ ਸੋਚਦੇ ਸੀ ਕਿ ਕਿਸ ਕਿੰਨੇ ਦਾ ਰੀਚਾਰਜ ਕਰਾਉਣਾ ਪਏਗਾ ਜਾਂ ਕੀ ਕਰਨਾ ਪਏਗਾ, ਕਿਉਂਕਿ ਟਰਾਈ ਦੇ ਵਿੱਚ ਦੂਜੀਆਂ ਜੋ ਕੰਪਨੀਆਂ ਨੇ ਏਅਰਟੈੱਲ ਵੋਡਾਫੋਨ ਵਗੈਰਾ, ਉਹਨਾਂ ਨੇ ਜੀਓ ਦੀ ਬਹੁਤ ਜ਼ਿਆਦਾ ਸ਼ਿਕਾਇਤ ਕੀਤੀ ਸੀ। ਹੁਣ ਇਹਨਾਂ ਨੇ ਐਕਸਟੈਂਡ ਤਾਂ ਕਰਤੀ ਆ 3 ਮਹੀਨੇ ਲਈ, ਫਿਰ ਆਫਰ ਜੂਨ ਤੋਂ ਤੁਹਾਨੂੰ ਫਿਰ 3 ਮਹੀਨੇ ਲਈ ਫ੍ਰੀ ਡਾਟਾ ਮਿਲੇਗਾ, ਪਰ ਤੁਹਾਨੂੰ ਇੱਕ ਛੋਟਾ ਜਿਹਾ ਰੀਚਾਰਜ ਕਰਾਉਣਾ ਪਏਗਾ, ਇੱਕ ਵਾਰੀ 3 ਮਹੀਨੇ ਲਈ 100 ਰੁਪਏ ਦਾ, ਜਿਸ 'ਚ ਤੁਹਾਨੂੰ ਡੇਲੀ ਦਾ 1 GB ਡਾਟਾ ਮਿਲੇਗਾ ਹਾਈ ਸਪੀਡ ਤੋਂ। ਉਸ ਤੋਂ ਬਾਅਦ 125 KBPS ਦੀ ਸਪੀਡ ਹੋ ਜਾਏਗੀ ਅਤੇ ਕਾਲਿੰਗ ਫਿਰ ਵੀ ਫ੍ਰੀ ਹੋਏਗੀ। ਸੋ ਇਸ ਤਰ੍ਹਾਂ ਦੀਆਂ ਹੋਰ ਇਨਫੋਰਮੇਸ਼ਨ ਵੀ ਅਸੀਂ ਤੁਹਾਨੂੰ ਅਪਡੇਟ ਉਹਨਾਂ ਦੇ ਨਾਲ 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 ਕਰਦੇ ਰਹਾਂਗੇ। ਪਲੀਜ਼ ਸਾਡਾ ਜੋ ਚੈਨਲ ਹੈ ਕ੍ਰਾਂਤੀ ਸੈਨੀ ਕਰਕੇ ਯੂਟਿਊਬ 'ਤੇ, ਉਸ ਨੂੰ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓ ਨੂੰ ਸ਼ੇਅਰ ਕਰੋ ਅਤੇ ਜੋ ਬੈਲ ਦਾ ਆਈਕੋਨ ਹੈ ਉਸ ਨੂੰ ਕਲਿੱਕ ਕਰਕੇ ਸਾਡੀਆਂ ਨੋਟੀਫਿਕੇਸ਼ਨਸ ਵੀ ਔਨ ਕਰੋ, ਤਾਂ ਕਿ ਤੁਹਾਨੂੰ ਆਉਣ ਵਾਲੇ ਦਿਨ ਜੋ ਅਸੀਂ ਟੈਕ ਨਿਊਜ਼ ਦੱਸਣੀਆਂ ਨੇ ਜਾਂ ਦੇਣੀਆਂ ਨੇ ਉਹ ਤੁਹਾਨੂੰ ਪਤਾ ਲੱਗਦਾ ਰਹੇ ਨਾਲ। ਬਸ ਇਹੋ ਮੈਸੇਜ ਦੇਣ ਦੇ ਲਈ ਆਪਾਂ ਆਏ ਸੀ। ਥੈਂਕ ਯੂ।